ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ। ਹਿੰਮਤ ਸੰਧੂ ਇੱਕ ਅਜਿਹਾ ਪੰਜਾਬੀ ਸਿੰਗਰ ਜਿਸਨੇ ਹਾਲ ਹੀ ਦੇ ਵਿੱਚ ਇੱਕ ਅਪਡੇਟ ਸ਼ੇਅਰ ਕੀਤੀ ਸੀ ਕਿ ਉਸਦੇ ਨਵੇਂ ਆਉਣ ਵਾਲੇ ਗਾਣੇ ਦਾ ਨਾਮ ਹੋਏਗਾ ਬੁਰਜ ਖਲੀਫਾ, ਤੇ ਹੁਣ ਹਿੰਮਤ ਸੰਧੂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਇੱਕ ਹੋਰ ਨਵੀਂ ਅਪਡੇਟ ਸ਼ੇਅਰ ਕਰ ਦਿੱਤੀ ਹੈ। ਇਸ ਅਪਡੇਟ ਦੇ ਵਿੱਚ ਹਿੰਮਤ ਸੰਧੂ ਨੇ ਸ਼ੇਅਰ ਕੀਤੀ ਇੱਕ ਫੋਟੋ ਜਿਸ ਦੇ ਵਿੱਚ ਨਜ਼ਰ ਆ ਰਹੇ ਨੇ ਸੌਂਗ ਰਾਈਟਰ ਰੀਤ ਬਲਜੀਤ ਤੇ 뮤직 ਡਾਇਰੈਕਟਰ ਲਾਡੀ ਗਿੱਲ। ਹਿੰਮਤ ਸੰਧੂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਇਸ ਫੋਟੋ ਨੂੰ ਪੋਸਟ ਕੀਤਾ। ਇਸ ਫੋਟੋ ਦੇ ਵਿੱਚ ਹਿੰਮਤ ਸੰਧੂ ਦੇ ਨਾਲ ਨਜ਼ਰ ਆ ਰਹੇ ਨੇ ਸੌਂਗ ਰਾਈਟਰ ਰੀਤ ਬਲਜੀਤ ਤੇ 뮤직 ਡਾਇਰੈਕਟਰ ਲਾਡੀ ਗਿੱਲ। ਤੇ ਇਸ ਫੋਟੋ ਦੀ ਕੈਪਸ਼ਨ ਵਿੱਚ ਹਿੰਮਤ ਸੰਧੂ ਲਿਖਦੇ ਨੇ ਵਿਲ ਕੁਕ ਸਮਥਿੰਗ। ਹਿੰਮਤ ਸੰਧੂ ਦੀ ਇਸ ਪੋਸਟ ਤੋਂ ਸਾਫ਼ ਜ਼ਾਹਰ ਹੁੰਦਾ ਕਿ ਹਿੰਮਤ ਸੰਧੂ ਦੇ ਗਾਣੇ ਬੁਰਜ ਖਲੀਫਾ ਤੋਂ ਬਾਅਦ ਸਾਨੂੰ ਹਿੰਮਤ ਸੰਧੂ ਦਾ ਨਵਾਂ ਗਾਣਾ ਸੁਣਨ ਨੂੰ ਮਿਲ ਸਕਦਾ, ਜਿਸ ਦੇ ਬੋਲ ਹੋਣਗੇ ਰੀਤ ਬਲਜੀਤ ਦੇ ਤੇ 뮤직 ਹੋਵੇਗਾ ਲਾਡੀ ਗਿੱਲ ਦਾ। ਸੋ ਕਿੰਨੀ ਕੁੜੀ ਕੋ ਸਾਨੂੰ ਹਿੰਮਤ ਸੰਧੂ, ਰੀਤ ਬਲਜੀਤ ਤੇ ਲਾਡੀ ਗਿੱਲ ਦੀ ਇਸ ਕੋਲੈਬੋਰੇਸ਼ਨ ਦੇ ਨਵੇਂ ਗਾਣੇ ਦੀ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸੋ ਨੀਚੇ ਦਿੱਤੇ ਗਏ ਕਮੈਂਟ ਬਾਕਸ ਦੇ ਵਿੱਚ। ਤੇ ਨਵੇਂ ਦੇ ਲੇਟੈਸਟ ਅਪਡੇਟ ਲਈ ਤੁਸੀਂ ਜੁੜੇ ਰਹਿਣਾ ਦੈਨਿਕ ਸਵੇਰਾ ਟੀਵੀ ਦੇ ਨਾਲ, ਐਂਡ ਡੋਨਟ ਫੋਰਗੇਟ ਟੂ ਸਬਸਕ੍ਰਾਈਬ ਆਰ ਯੂਟਿਊਬ ਚੈਨਲ ਸਵੇਰਾ ਸਟਾਰ ਟਾਕ।